ਅਸੀਂ ਨਵਾਂ ਸ਼ੋਅ ਤੁਹਾਡੇ ਵਾਸਤੇ ਲੈ ਕੇ ਆਏ ਆ ਲੱਸੀ ਵਿਦ ਲਾਡੀ। ਸਾਡੇ ਕੋਲ ਅੱਜ ਦੇ ਜਿਹੜੇ ਸਾਡੇ ਮਹਿਮਾਨ ਨੇ ਸਾਡੇ ਕੋਲ ਇੱਕੋ ਨੇ ਤੇ ਅਸੀਂ ਉਹਨਾਂ ਨੂੰ ਬੁਲਾਉਂਦੇ ਆ ਸਾਡੇ ਘਰ ਦੇ ਕਲਾਕਾਰ ਪਰਮੀਸ਼ ਵਰਮਾ ਜੀ। ਆ ਗਈ ਕਿਵੇਂ ਮਾਰੀ ਤਾੜੀ ਤੂੰ? ਇਹ ਉਹ ਪਰਵਾਜ ਆ ਬੰਬੇ ਕੰਨੀ। ਚੰਡੀਗੜ੍ਹ ਤੋਂ ਫਿਰ ਮੈਂ ਸਟੂਡੀਓ। ਭਾਜੀ ਮੈਂ ਤਾਂ ਤੁਹਾਡੇ ਕਰੀਅਰ ਦੇ ਸਫ਼ਰ ਦੀ ਗੱਲ ਕਰਦਾ ਸੀ। ਕਰੀਅਰ ਜੀ ਤੁਸੀਂ ਐ ਲਾ ਲੋ, ਪਹਿਲਾਂ ਮੈਂ ਪੰਜਵੀਂ ਕਲਾਸ ਸੀਗਾ ਪਰ ਫਿਰ ਕਰੀਅਰ ਮੈਂ ਲਹਾਤਾ ਸੀ, ਮੁੜਗਾੜ ਵੀ ਲਹਾਤੇ ਸੀ ਸਾਈਕਲ ਦੇ ਜੀ, ਫਿਰ ਬਿਨਾਂ ਕਰੀਅਰ ਤੋਂ ਹੀ ਰਿਹਾ ਜੀ ਮੈਂ। ਕੰਮ ਜੀ ਜਿਹੜਾ ਮੈਂ ਅੱਜ ਸਵੇਰੇ ਪਹਿਲਾਂ ਤਾਂ ਭਾਂਡੇ ਧੋਤੇ ਜਿਹੜੇ ਆ ਜੋਤ ਨੇ ਗੰਦ ਪਾਇਆ ਸੀ, ਉਦੋਂ ਬਾਅਦ ਮੈਂ ਗੰਦੇ ਲੌਂਡਰੀ ਵਾਲੇ ਕੱਪੜੇ ਉਹ ਕੰਮ ਕੀਤੇ। ਕਾਰ ਅੱਜ ਆਪਾਂ ਸਟੂਡੀਓ ਜਾਂ ਸ਼ੂਟਿੰਗ ਤੇ ਜਾਣੀ ਹੈ ਉਦੋਂ ਕੱਢਣਾ। ਹਾਂਜੀ ਜਿਹੜਾ ਤੁਸੀਂ ਕੰਮ ਕਰਦੇ ਹੋ ਇੰਡਸਟਰੀ ਚ, ਹਾਂਜੀ ਉਹਦੇ ਬਾਰੇ ਕੁਛ ਚਾਨਣਾ ਪਾਓ ਸਾਨੂੰ। ਇੰਡਸਟਰੀ ਜਿਹੜਾ ਕੰਮ ਕਾਰ ਕਰਦੇ ਆ ਜੀ, ਅਸੀਂ ਅੱਜ ਸ਼ੂਟਿੰਗ ਕਰਨੀ ਆ ਜੀ ਅਸੀਂ, ਤੇ ਅਸੀਂ ਬਹੁਤ ਤੰਗ ਆ ਜੀ ਕਿਉਂਕਿ ਸਪੀਡ ਰਿਕਾਰਡ ਦੀ। ਬਾਕੀ ਦੀਆਂ ਫਿਲਮਾਂ ਬਾਰੇ ਵੀ ਦੱਸੋ। ਬਾਕੀ ਫਿਲਮਾਂ ਜੀ ਮੈਨੂੰ ਜੱਦੀ ਬਹੁਤ ਪਸੰਦ ਆ ਜੀ, ਸਨੀ ਦਿਓਲ ਦੀ ਘਾਤਕ ਬਹੁਤ ਪਸੰਦ ਆ। ਜਿੱਦੀ ਜਦੋਂ ਬਾਹ ਕੱਢਦਾ ਜੀ ਐ ਰੱਖ ਕੇ, ਮੈਂ ਜੋਤ ਦੇ ਜ਼ੋਰ ਤਾਂ ਬਹੁਤ ਲਾਇਆ ਪਰ ਸਾਲਾ ਪੱਕੇ ਹੱਡਾਂ ਦਾ ਉਹਦਾ ਬਾਹ ਨਿਕਲੀ ਨੀ ਜੋਤ ਦੀ। ਵੀਰ ਜੀ ਮੈਂ ਤਾਂ ਤੁਹਾਨੂੰ ਪੁੱਛਦਾ ਸੀਗਾ ਜੀ ਕਿ ਭਾਜੀ ਤੁਹਾਡੀਆਂ ਆਉਣ ਵਾਲੀਆਂ ਬਾਕੀ ਫਿਲਮਾਂ ਬਾਰੇ ਤੁਸੀਂ ਚਾਨਣਾ ਪਾਓ। ਸਨੀ ਦਿਓਲ ਵਾਲੀਆਂ ਨਹੀਂ ਮੈਂ ਪੁੱਛਦਾ, ਮੇਰੀਆਂ ਆਉਣ ਵਾਲੀਆਂ ਫਿਲਮਾਂ ਜੀ। ਅਸੀਂ ਮਜ਼ਾਕ ਕਰੀਏ ਜੀ? ਨਹੀਂ ਮੈਂ ਸ਼ਰਮਾ ਗਿਆ ਜੀ। ਮੇਰੀ ਫਿਲਮ ਆ ਰਹੀ ਹੈ ਜੀ। ਅੱਛਾ ਜੀ ਸਿੰਘਮ ਜੀ। ਓ ਅੱਛਾ ਓਏ ਹਿੰਦੀ ਚ ਜੀ? ਧੱਕ ਪਾ ਦੇਣੀ ਹੈ ਜੀ ਆਪਾਂ ਜੀ ਪੂਰੀ ਕੱਚ ਮੇਰੀ ਪਲੀਜ਼ ਇੰਟਰਵਿਊ ਕਰ ਲਈ ਜੀ। ਪੀ ਦੀ ਸਾਡੀ ਲੱਸੀ ਆ ਤੁਸੀਂ ਕੀ ਮੈਂ ਸਿੰਗਰੀ ਆ ਜੀ? ਮੈਂ ਪੈਨ ਇੰਡੀਆ ਆਰਟਿਸਟ ਬਣਨਾ ਜੀ, ਮੇਰੀ ਪਲੀਜ਼ ਇੰਟਰਵਿਊ ਕਰ ਲਈ ਜੀ। ਪੀ ਦੀ ਸਾਡੀ ਲੱਸੀ ਆ ਤੁਸੀਂ ਕੀ ਮੈਂ ਸਿੰਗਰੀ ਆ ਜੀ? ਮੈਂ ਪੈਨ ਇੰਡੀਆ ਆਰਟਿਸਟ ਬਣਨਾ ਜੀ, ਮੇਰੀ ਪਲੀਜ਼ ਇੰਟਰਵਿਊ ਕਰ ਲਈ ਜੀ। ਪੀ ਦੀ ਸਾਡੀ ਲੱਸੀ ਆ ਤੁਸੀਂ ਕੀ ਮੈਂ ਸਿੰਗਰੀ ਆ ਜੀ? ਮੈਂ ਪੈਨ ਇੰਡੀਆ ਆਰਟਿਸਟ। ਰੁਕਾਵਟ ਕੇ ਲਈ ਖੇਦ ਹੈ ਜੀ ਤੇ ਸਾਡੇ ਅੱਜ ਵਾਲੇ ਆਰਟਿਸਟ। ਉਹ ਕਾਦੀ ਲਿਆ ਮੈਂ ਤੈਨੂੰ ਲੱਤ ਦੇ ਓਏ ਆਏ ਨੂੰ ਮਾਰ ਦੇ ਯਾਰ ਯਾਰ ਸੋਇਆ ਯਾਰ ਕੁੱਟ ਲੈ ਰਿਹਾ ਮੈਂ ਤੇਰੀ ਲੱਤੀ ਕਰਦਾ ਅਹੀਂ ਤੇ ਮਰਾ ਗਿਆ ਥੋੜਾ ਚੈਨਲ ਕੱਢ ਕੇ ਸਾਰਿਆਂ ਦਾ ਜੇ ਤੁਹਾਨੂੰ ਲੱਸੀ ਵਿਦ ਲਾਡੀ ਦਾ ਐਪੀਸੋਡ ਵਧੀਆ ਲੱਗਿਆ ਤਾਂ ਸਵਾਇਪ ਅਪ ਕਰਕੇ ਕੁਛ ਨਹੀਂ ਸਬਸਕ੍ਰਾਈਬ ਕਰਨਾ, ਬਸ ਸਨੈਪਚੈਟ ਤੇ ਨਜ਼ਾਰੇ ਲੈਣੇ ਨੇ। ਕੀ ਕਰਦੇ ਹੋ ਲੱਸੀ ਕਰਾ ਥੋੜੀ ਕਰਨੀ ਹੁਣ, ਇੰਟਰਵਿਊ ਤਾਂ ਹੋ ਗਈ। ਸਤਿ ਸ਼੍ਰੀ ਅਕਾਲ ਜੀ, ਸਾਡੇ ਅੱਜ ਦੇ ਪ੍ਰੋਗਰਾਮ ਸੁੱਖ ਦੁੱਖ ਵਿਦ ਸੁਖਨ ਉਹਦੇ ਵਿੱਚ ਤੁਹਾਡਾ ਸਵਾਗਤ ਹੈ, ਦਰਸ਼ਕਾਂ ਦਾ ਵੀ ਸਵਾਗਤ ਹੈ ਤੇ ਸਾਡੇ ਦਰਸ਼ਕ ਜੁੜ ਰਹੇ ਨੇ, ਬਹੁਤ ਜ਼ਿਆਦਾ ਦਰਸ਼ਕ ਆ ਰਹੇ ਨੇ, ਤਾੜੀਆਂ ਮਾਰੋ ਇੱਕ ਵਾਰੀ ਦਰਸ਼ਕ, ਚਾਰ ਦਰਸ਼ਕ ਹੋ ਗਏ, ਤਾੜੀਆਂ ਪਲੀਜ਼ ਤਾੜੀਆਂ ਤਾੜੀਆਂ। ਤੇ ਅੱਜ ਦੇ ਸਾਡੇ ਜਿਹੜੇ ਸੈਲੀਬ੍ਰਿਟੀ ਗੈਸਟ ਨੇ ਉਹ ਨੇ ਜੀ ਸੁਖਨ ਵਰਮਾ, ਤੇ ਸੁਖਨ ਵਰਮਾ ਜੀ ਇੱਕ ਵਾਰ ਕੈਮਰਾ ਘੁਮਾਇਆ ਜਾਵੇ। ਨਹੀਂ ਨਹੀਂ ਉਹ ਆਣਗੇ ਇੱਥੇ ਆ ਕੇ ਬਹਿਣਗੇ। ਸੁਖਨ ਜੀ ਪਲੀਜ਼ ਤਾੜੀਆਂ ਜੀ ਤਾੜੀਆਂ, ਐਂਟਰੀ ਤੇ ਵੈਲਕਮ ਸੁਖਨ ਜੀ ਸਾਡੇ ਇਸ ਬੁਲੇਟਿਨ ਵਿੱਚ। ਤੁਹਾਡਾ ਸਾਹਿਬ ਇਸ ਬੁਲੇਟਿਨ ਨਹੀਂ ਹੁੰਦਾ? ਨਹੀਂ ਬੁਲੇਟਿਨ ਨਹੀਂ, ਪ੍ਰੋਗਰਾਮ ਵਿੱਚ ਤੁਹਾਡਾ। ਓਏ ਸੁਖਨ ਥੋੜੇ ਉਧਰ ਹੋ, ਇੱਥੇ ਬਲੌਗ ਚ ਕੈਮਰਾਮੈਨ ਤੰਗ ਹੋ ਰਿਹਾ ਤੁਹਾਡਾ। ਸੁਖਨ ਇਹ ਪੈਨ ਇੰਡੀਆ ਸ਼ੋਅ ਦੀ ਕਾਪੀ ਕੀਤੀ ਹੈ ਅਸੀਂ, ਸੋ ਇਸ ਲਈ ਇੱਕ ਪਹਿਲੇ ਐਪੀਸੋਡ ਚ ਲੱਸੀ, ਹਾਂ ਦੂਜੇ ਐਪੀਸੋਡ ਚ ਪਾਣੀ, ਗੁੱਸੇ ਐਪੀਸੋਡ ਚ ਕੀ ਦਵਾਂਗੇ? ਓਏ ਲਾਡੀ ਗੁੱਸੇ ਚ ਕਹਦੇ ਕੱਟ। ਓ ਯਾਰ ਕੱਟ। ਸਵਾਗਤ ਹੈ ਜੀ ਸਾਡੇ ਸ਼ੋਅ ਦੇ ਵਿੱਚ, ਤੇ ਦਰਸ਼ਕ ਵੀ ਦੇਖ ਰਹੇ ਹੋਣਗੇ ਕੈਮਰੇ ਤੇ ਕਿ ਤੁਸੀਂ ਆ ਪਾਇਆ ਹੋਇਆ ਆਪਣਾ ਗਾਰਡ, ਇਹਦੇ ਵਾਸਤੇ ਗਾਰਡ ਨਹੀਂ ਬ੍ਰੇਸ, ਹਾਂਜੀ ਬ੍ਰੇਸ ਸ਼ਿਕੰਜਾ ਸ਼ਿਕੰਜਾ। ਤੇ ਪਹਿਲਾਂ ਇਹਦੇ ਬਾਰੇ ਚਾਨਣਾ ਪਾਓ ਕਿ ਧੂਮ 3 ਸ਼ੂਟ ਕਰਨ ਚੱਲੇ ਆ ਆਪਾਂ, ਉੱਠਣਾ ਪੈਣਾ ਹੁਣ ਸਵਾਲ ਕੱਜ ਕੀ ਹੋਇਆ? ਹਾਂਜੀ ਹਾਂਜੀ ਕੋਈ ਨਹੀਂ, ਵੀ ਕੰਮ ਫਟਾ ਲਓ। ਆ ਗਈ ਆ ਚਾਨਣਾ ਪਾਤਾ, ਹੈ ਚਾਨਣਾ ਪਾ ਰਹੇ ਇਹਦੇ ਅਜੇ ਤੱਕ ਕਹਿੰਦਾ ਚਾਨਣਾ ਪਾ ਪਾਤਾ ਚਾਨਣਾ ਕੀ ਹੋ ਗਿਆ? ਚਲ ਅਜੇ ਯਾਰ ਮੈਂ ਸ਼ੋਅ, ਓਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਚਲੋ ਓਕੇ ਪੱਤੀ ਹੋਸਟ ਦਾ ਸ਼ੋਅ ਆ ਯਾਰ ਬੰਦੇ ਦੇ ਇੰਨੇ।
ਕੀ ਹੋ ਗਿਆ ਲਓ ਜੀ ਜਿਨ੍ਹਾਂ ਨਾਲ ਹੁਣ ਤੁਹਾਨੂੰ ਮੈਂ ਮਿਲਾਉਣ ਜਾ ਰਿਹਾ ਉਹ ਨਾ ਹੀ ਸਿਰਫ ਕੱਲੀਆਂ ਫਿਲਮਾਂ ਬਣਾਉਂਦੇ ਨੇ ਉਹ ਤਾਂ ਜੀ ਮਾਸਟਰ ਪੀਸੇ ਬਣਾਉਂਦੇ ਨੇ ਤੇ ਉਹ ਨੇ ਜੀ ਸਾਡੇ ਵਿਕਰਮ ਸਰ ਜਿਨ੍ਹਾਂ ਨੇ ਰੌਕੀ ਮੈਂਟਲ ਦੇ ਡਾਇਰੈਕਟਰ ਸਾਹਿਬ ਕੀ ਬਾਤ ਹੈ ਸੈੱਟ ਤੇ ਪਹੁੰਚੇ ਨੇ ਰੌਕੀ ਨੂੰ ਮੈਂਟਲ ਬਣਾਉਣ ਵਾਲੇ ਇਹ ਬੰਦੇ ਹਾਂਜੀ ਥੈਂਕ ਯੂ